ਫਾਜ਼ਿਲਕਾ ਦੇ ਪਿੰਡ ਆਸਫਵਾਲਾ ਦੇ ਵਿੱਚ ਬਣੀ ਸ਼ਹੀਦਾਂ ਦੀ ਸਮਾਧੀ ਤੇ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ ਸ਼ਹੀਦਾਂ ਨੂੰ ਨਮਨ। ਫਾਜ਼ਿਲਕਾ ਦੇ ਵਿੱਚ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਪਹੁੰਚੇ ਹੋਏ ਹਨ, ਜਿਨ੍ਹਾਂ ਵੱਲੋਂ ਇੱਥੇ ਕਈ ਕਾਰਜਕ੍ਰਮਾਂ ਦੇ ਵਿੱਚ ਭਾਗ ਲਿੱਤਾ ਜਾਣਾ ਹੈ। ਜਿਸ ਤੋਂ ਪਹਿਲਾਂ ਅੱਜ ਉਹ ਪਿੰਡ ਆਸਫਵਾਲਾ ਦੇ ਵਿੱਚ ਬਣੀ ਸ਼ਹੀਦਾਂ ਦੀ ਸਮਾਧੀ ਤੇ ਪਹੁੰਚੇ, ਜਿੱਥੇ ਉਹਨਾਂ ਨੇ ਸ਼ਹੀਦਾਂ ਨੂੰ ਨਮਨ ਕੀਤਾ। ਉਹਨਾਂ ਦੇ ਨਾਲ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਅਮਨਦੀਪ ਗੋਲਡੀ ਮੁਸਾਫਰ ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਵੀ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਤੁਹਾਨੂੰ ਦੱਸ ਦਈਏ, ਇੱਥੇ 1971 ਦੀ ਜੰਗ ਦੇ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਸਮਾਧੀ ਬਣੀ ਹੋਈ ਹੈ, ਜਿੱਥੇ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਪਹੁੰਚੇ ਹਨ, ਜਿਨ੍ਹਾਂ ਵੱਲੋਂ ਇੱਥੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ। ਸ਼ਹੀਦਾਂ ਦੀ ਸਮਾਧੀ ਸਭਾ ਦੇ ਜਨਰਲ ਸੈਕਟਰੀ ਪ੍ਰਫੁੱਲ ਚੰਦਰ ਨਾਗਪਾਲ ਨੇ ਦੱਸਿਆ ਕਿ ਅੱਜ ਇੱਥੇ ਕੈਬਨਿਟ ਮੰਤਰੀ ਸਮੇਤ ਵਿਧਾਇਕ ਪਹੁੰਚੇ ਸਨ, ਜਿਨ੍ਹਾਂ ਦਾ ਇੱਥੇ ਸਵਾਗਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਸ਼ਹੀਦਾਂ ਨੂੰ ਨਮਨ ਵੀ ਕੀਤਾ ਗਿਆ। ਦੇਖੋ, ਅੱਜ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਅੱਜ ਫਾਜ਼ਿਲਕਾ ਦੇ ਵਿੱਚ 1971 ਵਾਰ ਦੇ ਮਹਾਨ ਸ਼ਹੀਦ ਹੋਏ ਨੇ ਜਿਹੜੇ, ਉਹ ਆਸਫਵਾਲਾ ਮੈਮੋਰੀਅਲ ਦੇ ਵਿੱਚ ਪਹੁੰਚੇ ਆ। ਔਰ ਮੈਂ ਸਮਝਦਾ ਕਿ ਜਿੰਨਾ ਨਮਨ ਕਰ ਲਈਏ ਉਹਨਾਂ ਮਹਾਨ ਸ਼ਹੀਦਾਂ ਨੂੰ ਉਨਾ ਥੋੜ੍ਹਾ ਹੈ। ਸੋ ਅੱਜ ਇੱਥੇ ਪਹੁੰਚੇ ਹਾਂ, ਮਾਣ ਮਹਿਸੂਸ ਹੋ ਰਿਹਾ ਹੈ। ਔਰ ਮੈਂ ਸਮਝਦਾ ਕਿ ਜਿੰਨਾ ਵੀ ਕੋਈ ਵੀ ਵਿਅਕਤੀ ਜ਼ਾਤੀ ਤੌਰ ਤੇ ਸਰਕਾਰ ਦੇ ਪੱਧਰ ਦੇ ਉੱਪਰ ਜਿੰਨਾ ਕਰ ਲਿਆ ਜਾਵੇ ਇਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਜੀਵਿਤ ਰੱਖਣ ਦੇ ਲਈ ਔਰ ਪ੍ਰਫੁੱਲਤ ਕਰਨ ਦੇ ਲਈ ਉਹਨਾਂ ਥੋੜ੍ਹਾ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਦੇਖੋ, ਇਸ ਤਰ੍ਹਾਂ ਹੈ ਕਿ ਗਿਫਟ ਫਾਜ਼ਿਲਕਾ ਬਾਰਡਰ ਏਰੀਆ ਹੈ, ਔਰ ਜੋ ਵੀ ਕੋਈ ਸਾਡੇ MLA ਸਾਹਿਬ ਨਰਿੰਦਰ ਸਵਨਾ ਜੀ ਅਤੇ ਬੱਲੂਆਣਾ ਦੇ MLA ਸਾਹਿਬ ਗੋਲਡੀ ਜੀ, ਜੋ ਵੀ ਕੋਈ ਹੁਕਮ ਕਰਦੇ ਨੇ ਸਰਕਾਰ, ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ, ਇਹਨਾਂ ਦੇ ਬਚਨਾਂ ਦੇ ਉੱਪਰ, ਇਹਨਾਂ ਦੇ ਬੋਲਾਂ ਦੇ ਉੱਪਰ ਫੁੱਲ ਚੜ੍ਹਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਨੇ। ਔਰ ਜੋ ਕੋਈ ਹੋਰ ਵੀ ਅੱਗੇ ਨੂੰ ਹੁਕਮ ਕਰਨਗੇ ਅਤੇ ਫਾਜ਼ਿਲਕਾ ਦੇ ਲਈ, ਇਸ ਬਾਰਡਰ ਬੈਲਟ ਦੇ ਲਈ, ਕਿ ਜਿਹਨੂੰ ਕਿ ਖਾਸ ਤੌਰ 'ਤੇ ਉਚੇਚੇ ਤੌਰ 'ਤੇ ਬਹੁਤ ਧਿਆਨ ਦੇਣ ਦੀ ਲੋੜ ਹੈ, ਕੁਛ ਵੀ ਹੁਕਮ ਕਰਨਗੇ ਅਤੇ ਉਹ ਸਰਕਾਰ ਇਹਨਾਂ ਦੇ ਬੋਲਾਂ ਦੇ ਉੱਪਰ ਹੁਕਮ ਚੜ੍ਹਾਏਗੀ। ਅੱਜ ਆਸਫਵਾਲਾ ਸਮਾਧ ਦੇ ਉੱਪਰ ਸਾਰੀ ਪ੍ਰਬੰਧਕ ਕਮੇਟੀ ਨੇ ਤਿੰਨ ਚੀਜ਼ਾਂ ਨੇ ਜਿਹੜੀਆਂ ਉਹਨਾਂ ਦਾ ਹੁਕਮ ਕੀਤਾ ਸੀਗਾ। ਇੱਕ ਇੱਥੇ ਥੜਾ ਬਣਨਾ, ਔਰ ਜਿਹੜਾ ਇਸ ਕਨੈਕਟਿੰਗ ਪਾਥ ਹੈ ਜਿਹੜਾ, ਉਹਦੇ ਵਾਸਤੇ 15 ਲੱਖ ਰੁਪਇਆ ਜਿਹੜਾ ਉਹ ਅਨਾਊਂਸ ਕੀਤਾ। ਔਰ ਇੱਕ ਇੱਥੇ 20 ਲਾਈਟਾਂ ਦੀ ਡਿਮਾਂਡ ਹੈ, ਸੋਲਰ ਲਾਈਟ ਦੀ 20 ਲੱਗਣ 25 ਲੱਗਣ ਜਿੰਨੀਆਂ ਵੀ ਚਾਹੀਦੀਆਂ ਹੋਣਗੀਆਂ। ਔਰ ਇੱਕ ਪਾਣੀ ਦੀ, ਕਿਉਂਕਿ 5 ਏਕੜ ਜਗ੍ਹਾ ਹੈ, ਪਾਣੀ ਦਾ ਕੋਈ ਇੰਤਜ਼ਾਮ ਹੈ ਨਹੀਂ, ਉਹਦੇ ਲਈ ਸੋਲਰ ਪੰਪ ਹੈ ਜਿਹੜਾ ਉਹ ਕਿਹਾ ਗਿਆ। ਅਤੇ ਸਵੇਰੇ ਕੱਲ੍ਹ ਨੂੰ 9 ਵਜੇ ਸਾਡੇ ਪੇਡਾ ਦੇ ਆਫਿਸਰਸ ਨੇ ਜਿਹੜੇ ਉਹ ਪਹੁੰਚ ਜਾਣਗੇ, ਸਾਰੀ ਦੀ ਟੈਕਨੀਕਲੀ ਐਗਜ਼ਾਮੀਨੇਸ਼ਨ ਕਰਕੇ ਜਾਣਗੇ। ਜੋ ਵੀ ਚੀਜ਼ ਇਹਨਾਂ ਤੋਂ ਇਲਾਵਾ ਹੋਰ ਵੀ ਚਾਹੀਦੀ ਹੋਏਗੀ ਉਹ ਪ੍ਰੋਵਾਈਡ ਕਰਾਈ ਜਾਏਗੀ। ਦੇਖੋ, ਇਸ ਤਰ੍ਹਾਂ ਕਿ ਟੂਰਿਜ਼ਮ ਦੇ ਵਿੱਚ ਹੁਣ ਤੁਸੀਂ ਦੇਖਿਆ ਹੋਏਗਾ ਕਿ ਪਿਛਲੇ ਦਿਨਾਂ ਦੇ ਵਿੱਚ ਟੂਰਿਜ਼ਮ ਦੀ ਪਾਲਿਸੀ ਹੈ ਜਿਹੜੀ ਉਹ ਸਰਕਾਰ ਲੈ ਕੇ ਆਈ, ਐਡਵੈਂਚਰ ਟੂਰਿਜ਼ਮ ਦੀ ਵੀ ਲੈ ਕੇ ਆਈ ਹੈ ਔਰ ਵਾਟਰ ਟੂਰਿਜ਼ਮ ਦੀ ਪਾਲਿਸੀ ਵੀ ਲੈ ਕੇ ਆਈ ਹੈ। ਤੁਹਾਡੇ ਇੱਥੇ ਇਸ ਏਰੀਏ ਦੇ ਵਿੱਚ ਕੀ ਓਪਰਚੁਨਿਟੀਜ਼ ਨੇ ਟੂਰਿਜ਼ਮ ਵਾਸਤੇ, ਉਹ ਤੁਸੀਂ ਐਕਸਪਲੋਰ ਕਰਕੇ ਦਿਓ ਫਾਜ਼ਿਲਕਾ ਵਾਲੇ। ਸਾਡੇ MLA ਸਾਹਿਬ ਨੇ ਇਹ ਐਕਸਪਲੋਰ ਕਰਨ, ਸਾਰੀ ਆਫਿਸਰ ਸਾਹਿਬਾਨ ਨੇ ਉਹ ਐਕਸਪਲੋਰ ਕਰਨ। ਸਰਕਾਰ ਵਚਨਬੱਧ ਹੈ, ਕਿਉਂਕਿ ਵੈਸੀ ਬਾਰਡਰ ਬੈਲਟ ਹੈ, ਬਾਰਡਰ ਨਾਲ ਲੱਗਦਾ, ਸ਼ਾਮ ਨੂੰ ਉੱਥੇ ਲੋਕ ਆਪਣਾ ਸੈਰੇਮਨੀ ਵੀ ਦੇਖਣ ਆਉਂਦੇ ਨੇ। ਸੋ ਹਿਸਟੋਰੀਕਲ ਟਾਊਨ ਹੈ, ਜੋ ਵੀ ਓਪਰਚੁਨਿਟੀ ਤੁਹਾਨੂੰ ਇੱਥੇ ਲੱਗਦੀ ਹੈ, ਮੈਂ MLA ਸਾਹਿਬ ਨੂੰ ਬੇਨਤੀ ਕਰਾਂਗਾ ਉਹ ਤੁਸੀਂ ਦੱਸੋ ਤੇ ਸਰਕਾਰ ਇਹਨੂੰ ਪ੍ਰਮੋਟ ਕਰਨ ਦੇ ਲਈ ਵਚਨਬੱਧ ਹੈ। ਫਲੈਗ ਦੀ ਡਿਮਾਂਡ ਕੀਤੀ ਗਈ ਸੀ, ਪਾਕਿਸਤਾਨ ਨੇ ਵੱਡਾ ਫਲੈਗ ਲਾਇਆ, ਉਹ ਕੌਣ ਸਾ ਫਲੈਗ ਲਾਇਆ, ਡਿਮਾਂਡ
ਕਿੱਥੇ ਸਾਦਗੀ ਬਾਰਡਰ ਕੀ ਜੀ ਅੱਛਾ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈ ਹੁਣ ਤੁਹਾਡੇ ਦੁਆਰਾ ਐਮਐਲਏ ਸਾਹਿਬ ਤੋਂ ਪਤਾ ਲੱਗਿਆ ਐਮਐਲਏ ਸਾਹਿਬ ਨੇ ਦੱਸਿਆ ਕਿ ਪ੍ਰੋਸੈਸ ਹੈ ਜਿਹੜਾ ਉਹ ਇਹਦੀ ਡਿਮਾਂਡ ਜਿਹੜੀ ਉਹ ਅੰਡਰ ਪ੍ਰੋਸੈਸ ਹੈ ਤੇ ਜੋ ਵੀ ਕੋਈ ਸਰਕਾਰ ਵੱਲੋਂ ਚਾਹੀਦਾ ਉਹ ਹੋਏਗਾ ਅੱਜ ਸ਼ਹੀਦਾਂ ਦੇ ਇਸ ਸਮਾਰਕ ਤੇ ਜਿੱਥੇ 228 ਸ਼ਹੀਦ ਹੋਏ ਨੇ 1971 ਦੇ ਭਾਰਤ ਪਾਕ ਵਿਵਾਦ ਵਿੱਚ ਉੱਥੇ ਪੰਜਾਬ ਦੇ ਕੈਬਨਿਟ ਮੰਤਰੀ ਪਬਲਿਕ ਰਿਲੇਸ਼ਨ ਇਨਫੋਰਮੇਸ਼ਨ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਅੱਜ ਇੱਥੇ ਤਸ਼ਰੀਫ ਲਏ ਨੇ ਉਹਨਾਂ ਦੇ ਨਾਲ ਫਾਜ਼ਿਲਕਾ ਦੇ ਐਮਐਲਏ ਨਰਿੰਦਰਪਾਲ ਸਿੰਘ ਸੰਮਾ ਤੇ ਬੱਲੂਆਣਾ ਦੇ ਐਮਐਲਏ ਸ਼੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਵੀ ਅੱਜ ਉਹਨਾਂ ਦੇ ਨਾਲ ਆਏ ਨੇ ਅੱਜ ਵਿਸ਼ੇਸ਼ ਰੂਪ ਵਿੱਚ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਆਏ ਨੇ ਇੱਥੇ ਅਮਨ ਜੀ ਦਾ ਇਸ ਸਮਾਧੀ ਨਾਲ ਬਹੁਤ ਜ਼ਿਆਦਾ ਲਗਾਵ ਹੈ ਜਦੋਂ ਵੀ ਉਹ ਇਲੈਕਸ਼ਨ ਲੜੇ ਨੇ ਹਮੇਸ਼ਾ ਇਲੈਕਸ਼ਨ ਲੜਨ ਤੋਂ ਪਹਿਲਾਂ ਵੀ ਇੱਥੇ ਮੱਥਾ ਟੇਕ ਕੇ ਗਏ ਨੇ ਅਤੇ ਇਲੈਕਸ਼ਨ ਜਿੱਤਣ ਤੋਂ ਬਾਅਦ ਵੀ ਜਦੋਂ ਆਏ ਨੇ ਇੱਥੇ ਮੱਥਾ ਟੇਕ ਕੇ ਗਏ ਨੇ ਹੁਣ ਉਹਨਾਂ ਨੂੰ ਸਰਕਾਰ ਨੇ ਮੰਤਰੀ ਬਣਾਇਆ ਹੁਣ ਵੀ ਅੱਜ ਵੀ ਇੱਥੇ ਮੱਥਾ ਟੇਕਣ ਵਾਸਤੇ ਵਿਸ਼ੇਸ਼ ਰੂਪ ਵਿੱਚ ਆਏ ਨੇ ਅਸੀਂ ਉਹਨਾਂ ਦਾ ਬਹੁਤ ਆਭਾਰ ਪ੍ਰਗਟ ਕਰਦੇ ਹਾਂ ਅਤੇ ਉਹਨਾਂ ਨੇ ਹੁਣੇ ਰੀਥ ਲੇ ਕੀਤਾ ਇੱਥੇ ਸ਼ਹੀਦਾਂ ਦੀ ਸਮਾਧ 'ਤੇ ਜਿੱਥੇ ਸ਼ਹੀਦਾਂ ਦੀਆਂ ਅਸਥੀਆਂ ਰੱਖੀਆਂ ਹੋਈਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਸ਼ਹੀਦਾਂ ਨੂੰ ਅੰਦਰ ਜਾ ਕੇ ਜਿਹੜਾ ਵਾਰ ਮਿਊਜ਼ੀਅਮ ਬਣਿਆ ਉਹਦੇ ਵਿੱਚ ਜਾ ਕੇ ਸ਼ਹੀਦਾਂ ਨੂੰ ਫੁੱਲ ਪੇਂਟ ਕੀਤੇ ਨੇ ਜਿਨ੍ਹਾਂ ਦੇ ਅੰਦਰ ਸ਼ਹੀਦਾਂ ਦੇ ਸਟੈਚੂਜ਼ ਲੱਗੇ ਨੇ ਸ਼ਹੀਦਾਂ ਦੀਆਂ ਫੋਟੋ ਲੱਗੀਆਂ ਹੋਈਆਂ ਜੀ ਨਾਲ ਨਾਲ ਹੀ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਵੀ ਜਿਹੜਾ ਹੈ ਇਹ ਦੇਸ਼ ਸ਼ਹੀਦਾਂ ਨੂੰ ਯਾਦ ਰੱਖਦਾ ਇਹ ਬਹੁਤ ਵੱਡੀ ਗੱਲ ਹੈ ਅਤੇ ਉਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਸਾਡੀ ਦੇਸ਼ ਦੀ ਆਜ਼ਾਦੀ ਸੁਤੰਤਰਤਾ ਕਾਇਮ ਰਹਿ ਸਕਦੀ ਹੈ ਜਿਨ੍ਹਾਂ ਨੇ ਆਪਣਾ ਸਰਵੋੱਚ ਬਲੀਦਾਨ ਦਿੱਤਾ ਇਸ ਦੇਸ਼ ਦੀ ਖਾਤਰ ਉਹਨਾਂ ਦਾ ਇਹ ਸਨਮਾਨ ਕੀਤਾ ਜਾਣਾ ਬਹੁਤ ਜ਼ਰੂਰੀ ਹੈ।